सत श्री अकाल दोस्तों, स्वागत है आप जी का एक बार फिर तो आप जी के अपने चैनल टीचिंग विद लिवजीत विच। आप जी नाल जो अज वीडियो सांझी करन जा रहे हाँ, आप जी ने डिमांड की सी पॉलिटिक्स ऑफ इकोनॉमिक डेवलपमेंट दी एन ओवरव्यू ऑफ 5 ईयर प्लान। आप जी के सिलेबस का क्वेश्चन है, बहुत ही इंपॉर्टेंट क्वेश्चन है आप जी का। तो देखो, आप जी ने क्वेश्चन 2-3 तरीके नाल घुमा के पूछा जा सकता है। राजनीति ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪ ਜੀ ਨੇ ਆਰਥਿਕ ਵਿਵਸਥਾ, ਆਰਥਿਕ ਵਿਕਾਸ ਦੀ ਗੱਲ ਕਰਨੀ ਹੈ। ਜਾਂ ਕੁਐਸਚਨ ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ 1991 ਵਿੱਚ ਉਦਯੋਗਿਕ ਵਿਕਾਸ ਹੋਇਆ, ਉਦਯੋਗਿਕ ਨੀਤੀ ਆਈ ਜਿਹੜੀ, ਉਸ ਦੇ ਬਾਰੇ ਚਰਚਾ ਕਰੋ। ਜਾਂ ਤੀਸਰਾ ਕੁਐਸਚਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਉਧਾਰੀਕਰਨ ਅਤੇ ਨਿੱਜੀਕਰਨ ਬਾਰੇ ਚਰਚਾ ਕਰੋ। ਚੌਥਾ ਕੁਐਸਚਨ ਆਪ ਜੀ ਨੂੰ ਪੁੱਛਿਆ ਜਾ ਸਕਦਾ ਹੈ ਕਿ 5 ਈਅਰ ਪਲਾਨ, 5 ਸਾਲਾ ਯੋਜਨਾਵਾਂ ਬਾਰੇ ਜਾਣਕਾਰੀ ਦਿਓ। ਦੇਖੋ, 3-4 ਤਰੀਕੇ ਨਾਲ ਆਪ ਜੀ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ। उसी तरीके नाल आप जी नाल क्वेश्चन सांझा करन दी कोशिश करें करांगे। आप जी क्वेश्चन नूं अच्छी तरह समझना, सुनना और सुनन ते ही आप जी नूं इह क्वेश्चन जिहड़ा है अपने तरीके नाल आप जी इस नूं लिख सकदे हो। तां आओ शुरू करिए। सब तो पहला इंट्रोडक्शन देख लैंदे हां। राजनीति अते आर्थिक दा आपस विच बहुत नेड़े दा संबंध है, जां गूढ़ा संबंध है, जां इंज कह लवो कि दोनों ही इक सिक्के दे दो पहलू हन। ਵਿਸ਼ਵ ਭਰ ਵਿੱਚ ਰਾਜਨੀਤੀ ਅਤੇ ਆਰਥਿਕਤਾ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਭਾਰਤ ਵਰਗੇ ਜਾਂ ਹੋਰ ਪੂੰਜੀਵਾਦੀ ਦੇਸ਼ਾਂ ਦੀ ਗੱਲ ਕਰੀਏ ਤਾਂ ਕਾਰਲ ਮਾਰਕਸ ਨੇ ਆਰਥਿਕ ਵਿਵਸਥਾ ਨੂੰ 2 ਮੁੱਖ ਵਰਗਾਂ ਵਿੱਚ ਵੰਡਿਆ ਹੈ। ਤਾਂ ਦੇਖੋ, 2 ਮੁੱਖ ਵਰਗ ਕਿਹੜੇ ਹਨ? ਤਾਂ ਪਹਿਲਾ ਵਰਗ ਹੈ ਪੂੰਜੀਪਤੀ ਜਾਂ ਪੂੰਜੀਵਾਦੀ ਵਰਗ, ਦੂਸਰਾ ਹੈ ਮਜ਼ਦੂਰ ਵਰਗ। ਜਿਹੜਾ ਪੂੰਜੀਵਾਦੀ ਵਰਗ ਹੈ ਇਹ ਸ਼ਾਸਕ ਵਰਗ ਹੁੰਦਾ ਹੈ ਅਤੇ ਮਜ਼ਦੂਰ ਵਰਗ ਸ਼ਾਸਿਤ ਵਰਗ, ਅਤੇ ਪੂੰਜੀਵਾਦ ਜਿਹੜਾ ਹੈ ਉਹ ਸ਼ੋਸ਼ਣ ਕਰਨ ਵਾਲਾ ਵਰਗ ਹੁੰਦਾ ਹੈ, ਅਤੇ ਮਜ਼ਦੂਰ ਵਰਗ ਜਿਸ 'ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਪਰੰਤੂ ਇਹ ਤਾਂ ਕਾਰਲ ਮਾਰਕਸ ਵੱਲੋਂ ਆਰਥਿਕ ਵਿਵਸਥਾ ਦੀ ਵਿਆਖਿਆ ਸੀ, ਲੇਕਿਨ ਰਾਜਨੀਤੀ ਨੂੰ ਜੇਕਰ ਆਰਥਿਕ ਵਿਕਾਸ ਨਾਲ ਜੋੜਿਆ ਜਾਏ ਤਾਂ ਰਾਜਨੀਤੀ ਵਿੱਚ ਆਰਥਿਕ ਮਹੱਤਤਾ ਦੇ ਪਹਿਲੂ ਨੂੰ ਅੱਖਿਓਂ ਓਹਲੇ ਨਹੀਂ ਕੀਤਾ ਜਾ ਸਕਦਾ, ਜਾਂ ਇਹ ਕਹਿਣਾ ਗਲਤ ਹੋਏਗਾ ਕਿ ਸਿਰਫ ਪੂੰਜੀਵਾਦ ਜਿਹੜਾ ਹੈ ਉਹ ਰਾਜਨੀਤੀ ਲਈ ਜਿਹੜਾ ਹੈ, ਆਰਥਿਕ ਵਿਕਾਸ ਹੈ ਜਿਹੜਾ ਰਾਜਨੀਤੀ ਨਾਲ ਨੂੰ ਨਹੀਂ ਜੁੜ ਸਕਦਾ ਜਾਂ ਉਸ ਲਈ ਇੱਕ ਬੁਰਾ ਪ੍ਰਭਾਵ ਹੈ। ਅੱਜ ਹਰ ਵਿਅਕਤੀ ਜਿਹੜਾ ਹੈ ਆਰਥਿਕ ਵਿਕਾਸ ਕਰਨਾ ਚਾਹੁੰਦਾ ਹੈ। ਭਾਰਤ ਇੱਕ ਲੋਕਤੰਤਰਵਾਦੀ ਦੇਸ਼ ਹੈ। ਕੋਈ ਵੀ ਵਿਅਕਤੀ ਜਿਹੜਾ ਭਾਰਤ ਦਾ ਨਾਗਰਿਕ ਹੋਵੇ ਅਤੇ ਮੁੱਖ ਯੋਗਤਾਵਾਂ ਜਿਹੜੀਆਂ ਪੂਰੀਆਂ ਕਰ ਸਕਦਾ ਹੋਏ ਰਾਜਨੀਤੀ ਵਿੱਚ ਉੱਚ ਪਦ ਪ੍ਰਾਪਤ ਕਰ ਸਕਦਾ ਹੈ। ਪਦ ਪ੍ਰਾਪਤ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਸਦਾ ਮੁੱਖ ਉਦੇਸ਼ ਹੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਰਾਜਨੀਤੀ ਨਾਲ ਸੰਬੰਧਿਤ ਹਰ ਵਰਗ, ਚਾਹੇ ਉਹ ਦਬਾਵ ਸਮੂਹ ਹੈ, ਹਿੱਤ ਸਮੂਹ ਹੈ, ਵਿਸ਼ੇਸ਼ ਪ੍ਰਕਾਰ ਦੇ ਸੰਗਠਨ ਹਨ, ਕਾਰਜਪਾਲਿਕਾ ਹੈ, ਵਿਧਾਨ ਪਾਲਿਕਾ, ਨਿਆਂ ਪਾਲਿਕਾ ਆਦਿ ਸਾਰੇ ਹੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਆਰਥਿਕ ਵਿਕਾਸ ਵੀ ਕਰਨਾ ਚਾਹੁੰਦੇ ਹਨ। ਪ੍ਰਤੀਕ ਵਿਅਕਤੀ ਜਾਂ ਸੰਗਠਨ, ਚਾਹੇ ਉਹ ਪੂੰਜੀਵਾਦ, ਸਮਾਜਵਾਦ, ਸਮਾਜ ਆਰਥਿਕ ਵਿਵਸਥਾ, ਨੌਕਰਸ਼ਾਹੀਵਾਦ ਆਦਿ ਨਾਲ ਸੰਬੰਧਿਤ ਹੈ, ਹਰ ਕੋਈ ਆਰਥਿਕ ਵਿਕਾਸ ਨਾਲ ਸੰਬੰਧਿਤ ਹੈ ਅਤੇ ਇਹ ਸਭ ਰਾਜਨੀਤੀ ਨਾਲ ਸੰਬੰਧਿਤ ਸੰਗਠਨ ਹੁੰਦੇ ਹਨ ਜੋ ਕਿ ਰਾਜਨੀਤਿਕ ਗਤੀਵਿਧੀਆਂ ਵਿੱਚ ਰੁੱਝ ਕੇ ਜਾਂ ਰੁਚੀ ਲੈ ਕੇ ਆਪਣਾ ਆਰਥਿਕ ਵਿਕਾਸ ਕਰਦੇ ਹਨ, ਜਿਵੇਂ ਸਰਕਾਰ ਨੂੰ ਪ੍ਰਭਾਵਿਤ ਕਰਦੇ ਹਨ, ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੁਆਰਾ ਪ੍ਰਭਾਵਿਤ ਕਰਦੇ ਹਨ, ਦਬਾਅ ਪਾ ਕੇ ਆਪਣੇ ਹਿੱਤਾਂ ਪ੍ਰਤੀ ਜਾਗਰੂਕ ਕਰਵਾ ਕੇ ਅਤੇ ਮਾਨਵੀ ਕਦਰਾਂ ਕੀਮਤਾਂ ਦਾ ਸਹਾਰਾ ਲੈ ਕੇ। ਨੈਕਸਟ ਦੇਖੋ, ਭਾਰਤੀ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ, ਲੱਛਣ ਜਾਂ ਗੁਣ। ਭਾਰਤ ਦੀ ਅਰਥ ਵਿਵਸਥਾ ਬਹੁਤ ਹੀ ਪ੍ਰਸਿੱਧ ਅਤੇ ਸੰਸਾਰ ਭਰ ਵਿੱਚ 5ਵੀਂ ਮਹੱਤਵਪੂਰਨ ਅਰਥ ਵਿਵਸਥਾ ਹੈ। ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਭਾਰਤ ਦਾ 7ਵਾਂ ਸਥਾਨ ਅਤੇ ਜਨਸੰਖਿਆ ਦੇ ਆਧਾਰ 'ਤੇ ਦੂਸਰਾ ਸਥਾਨ ਹੈ। ਇਸ ਤਰ੍ਹਾਂ ਭਾਰਤ ਦੇਸ਼ ਦੀ ਅਰਥ ਵਿਵਸਥਾ ਇੱਕ ਅਮੀਰ ਅਰਥ ਵਿਵਸਥਾ ਹੈ। ਦੇਖੋ, ਪਹਿਲਾ ਗੁਣ ਜਾਂ ਵਿਸ਼ੇਸ਼ਤਾਵਾਂ ਜਾਂ ਲੱਛਣ, ਪਹਿਲਾ ਹੈ ਮਿਸ਼ਰਿਤ ਅਰਥ ਵਿਵਸਥਾ, ਮਿਕਸਡ ਇਕੋਨਮੀ ਜਿਹਨੂੰ ਕਿਹਾ ਜਾਂਦਾ ਹੈ। ਤਾਂ ਦੇਖੋ, ਕਾਂਗਰਸ ਪਾਰਟੀ ਦੁਆਰਾ ਮੁੱਖ 2 ਇਜਲਾਸ ਜਿਹੜੇ ਹਨ, ਇੱਕ ਪਹਿਲਾ ਜਿਹੜਾ ਸੀ 1955 ਵਿੱਚ ਆਜ਼ਾਦੀ ਇਜਲਾਸ ਅਤੇ ਦੂਸਰਾ ਅੰਮ੍ਰਿਤਸਰ ਇਜਲਾਸ ਜਿਹੜਾ ਹੈ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਸੀ, ਪਹਿਲੇ ਦਾ ਉਦੇਸ਼ ਸੀ ਉਤਪਾਦਨ ਦੇ ਮਹੱਤਵਪੂਰਨ ਸਾਧਨਾਂ ਦਾ ਰਾਸ਼ਟਰੀਕਰਨ ਕੀਤਾ ਜਾਵੇ, ਅਤੇ ਦੂਸਰਾ ਜਿਹੜਾ ਅੰਮ੍ਰਿਤਸਰ ਇਜਲਾਸ ਹੋਇਆ ਸੀ ਉਸਦਾ ਮੁੱਖ ਉਦੇਸ਼ ਸੀ
निजी खेतर नूं उत्साहित किया जाए। कहन तो भाव है कि भारत सर्वजनक खेतर दे नाल नाल निजी खेतर दा विकास करन लई तत्पर रहेगा। तो देखो यही मिश्रित अर्थव्यवस्था सी, सार्वजनिक खेतर प्लस निजी खेतर, तो इसनों किस दा नाम दिता गया, अर्थव्यवस्था जां मिश्रित अर्थव्यवस्था, जिसनों सांझा विकास भी कहा गया। तो देखो एक चित्र आप जी ने इस तरह ही बना देना है। दूसरा देखो विशेषता, भारत विच ब्रिटिश काल दी विरासत। तो देखो 15 अगस्त 1947 नूं भारत तो आज़ाद हो गया, परंतु स्वतंत्रता बाद जो भारतीयों नूं मिलिया उसने भारतीय अर्थव्यवस्था नूं वड्डा धक्का दिता। आओ देखिए जो सानू विरासत विच मिलिया सी, सानू की मिलिया सी विरासत विच, गरीबी, अनपढ़ता, बेरोजगारी, खेतीबाड़ी दी मंदी हालत, आवाजाई अते संचार दे साधना दी कमी, वित्तीय संस्थावां दी घाट, व्यापक आर्थिक असमानतावां, कमजोर उद्योगिक आधार अते घटिया टेक्नोलॉजी। उपरोक्त सारी चीज़ां नाल जूझन जां लड़न लई कुछ उद्देश भारतीय सरकारां द्वारा, जिवें नंबर एक देखो राष्ट्रीय आमदन विच वाधा करना, गरीबी नूं दूर करना, बेरोजगारी नूं दूर करना, अनपढ़ता नूं दूर करना, मजबूत उद्योगिक आधार कायम करना, अनुसूचित जातियां अते अनुसूचित जनजातियां दे हितां दी रक्षा करना, अंग्रेजां द्वारा दित्ती गई शोषित सौगात जिहड़ी सी फुट पाओ राज करो दी नीति नूं हमेशा लई जिहड़ा है ओह खत्म करना, जीवन पद्धर नूं उच्चा चुकना, मजदूरां दी हालात विच सुधार लियाउणा, इह जिहड़े सानू कोशिश कीती गई कि इहनां चीज़ां विच असीं जिहड़ा है ओह बदलाव करना है, जो कि अंग्रेजां ने सानू बहुत माड़ा मंदे हालातां विच छड्डिया सी, अते सरकारां दीआं कोशिशां सन कि इहनां हालातां तों उठण लई इह जिहड़े कदम जिहड़े हन जो आप जी ने डिस्कस कीते हन, इहनां ते सानू कदम चुकना पवेगा। नैक्सट देखो नवीं उद्योगिक नीति जिहड़ी 1991 विच आई सी, इह वी आप जी नूं क्वेश्चन आ सकदा है। भारत की वधदी हुई गरीबी, अनपढ़ता अते उपरोक्त अंग्रेजां द्वारा दित्तियां गईयां जातनावां जां कह सकदे हो कि सानू जो भी उन्होंने दुख दिते सन उन्हां नूं दूर करन लई 1991 विच नवीं उद्योगिक नीति नूं बनाया गया जां अपनाया गया, जिस नूं भारतीय अर्थव्यवस्था दे विकास विच उदारीकरण अते निजीकरण दे नाम नाल भी जाणिया जांदा है। 24 जुलाई 1991 नूं इस नीति नूं अपनाया गया। इस नीति नूं इंग्लैंड दी प्रधानमंत्री जिहड़ी उस समय सन उह सन श्रीमती मार्गरेट बैचर द्वारा 1980 विच इस अर्थव्यवस्था नूं उपर चुकन लई कुछ वादे कीते गए, जिवें सब नूं इक समान मौके देने, खपतकारां नूं लाभ देना, गरीबी नूं दूर करना, अर्थव्यवस्था दा विकास करना, वध तो वध लाभ पहुँचाना। उस समय इंदिरा गांधी जी की जिहड़ी सरकार सी, भावें उन्होंने निजीकरण लई कुछ कदम चुके सन, परंतु इस धारणा का जिहड़ा विकास है वह प्रधानमंत्री श्री राजीव गांधी जी के समय विच होया। राजीव गांधी जी की सरकार द्वारा चुके गए जिहड़े कदम सन, देखो निजी उद्यमियों नूं बहुत सारियां रियासतां दित्तियां गईयां, पिछड़े वर्गां दी स्थिति नूं उपर चुकन लई उद्योगपतियों नूं कहा गया, अते इस काम लई राजीव गांधी सरकार द्वारा इन्हां उद्योगपतियों दी मदद भी कीती गई, जां उन्हां ने कहा कि इह जिहड़ी सरकार है आप जी दी मदद भी करेगी अगर तुसीं इह वाले कदम चुकदे हो। 1991 उद्योगिक नीति जां उदारीकरण जां निजीकरण दी नीति दी घोषणा राजीव सरकार द्वारा जिहड़ी है वह कीती गई, जां उन्हां द्वारा बनी जिहड़ी नवीं सरकार सी उस द्वारा कीती गई। इह 24 जुलाई 1991 नूं कीती गई सी। तां उस समय जिहड़ी अगली सरकार आई सी वह श्री नरसिम्हा राव जी दी सरकार सी, मतलब कीती तां घोषणा राजीव गांधी जी दे समय ते गई सी, लेकिन जिहड़ी लागू कीती गई सी वह जिहड़े अगले प्रधानमंत्री बने
श्री नरसिम्हा राव जी द्वारा जड़ी है उस समय इस लागू किया गया। तो उस समय जो समा से 24 जुलाई 1991 का सी। तो मुख्य उद्देश्य की सी 1991 की नीति लागू करन दे उद्देश्य देख लेंदे हाँ। उद्योगिक व्यवस्था नू गैर जरूरी प्रशासनिक अते कानूनी कंट्रोल तो मुक्त करना। अगे देखो भारतीय अर्थव्यवस्था नू अंतरराष्ट्रीय अर्थव्यवस्था नाल जोड़ना। अगे देखते हाँ 1991 की नीति अधीन लाइसेंस की प्रणाली नू जड़ा है वह खत्म कर दिता गया। सार्वजनक खेत्र की भूमिका नू सीमित किया गया। विदेशी पूंजी अते विशेष विदेशी तकनीकी दे आयात नू आसान किया गया। MRTP एक्ट तहत कंपनिया की पूंजी सीमा जी खत्म कर दी गई। तो आप जी थोड़ा काम आप जी से छड़ाया गया है, आप जी खुद सर्च कर लेना MRTP एक्ट बारे। अगे देखो 1991 की उद्योगिक नीति दियाँ विशेषतावान जी जी नीति है 1991 24 जुलाई में जी लागू की गई से उस दियाँ विशेषतावान देख लेंगे हाँ। तो नंबर एक देखो लाइसेंस प्रणाली नू खत्म कर दिता गया। एकाधिकार अते MRTP एक्ट विच शोध की गई। सार्वजनक खेत्रां दी भूमिका नू जिहड़ा उह सीमित कर दिता गया। नैक्सट पॉइंट देखो घाटे विच चलण वाले सार्वजनिक उद्यमां संबंधी नीति जिहड़ी उह बनाई गई। विदेशी पूंजी दा जिहड़ा उह निवेश। नैक्सट पॉइंट देखो विदेशी तकनीकी दा आयात। नैक्सट देखो विदेशी उत्पादक कंपनिया नाल जड़ा है वो सहयोग किया गया। नैक्सट देखो छोटे खेत्र के उद्योग संबंधी जड़ी है नीति बनाई गई। नवे उद्योगों की स्थापना। नैक्सट देखो विशेष बोर्ड का गठन। नैक्सट देखो मजदूर की सहायता। तो यह विशेषतावान सी नीति दियाँ। अगे देखो उद्योगिक उदारीकरण अते निजीकरण। एक क्वेश्चन आप जी ने भी पूछा जा सकता है कि उदारीकरण अते निजीकरण दे जिहड़े गुण हन उन्होंने डिस्कस करो। तो देखो गुण की हन पहले देख लेंदे हाँ। साधना दा जिहड़ा पूरा प्रयोग। नंबर दो देखो उत्पादन विच वाधा। सर्वजनक खेत्र विच एकाधिकार दा खात्मा किया गया। नैक्सट देखो निर्यात विच वाधा। उस तो अगे प्रतियोगिता विच वाधा किया गया। उस तो अगे देखो विदेशी धन अते तकनीकी दा आगमन होया। नैक्सट देखो सार्वजनक खेत्रां दी योग्यता विच वाधा होया। नैक्सट देखो उदारीकरण दा विस्तार होया। नैक्सट देखो खपतकारां लई लाहेवंद स्थिति बन गई। भारत दी अर्थव्यवस्था जड़ी है विश्व भर की जी अर्थव्यवस्था जी बन गई या उन्होंने रल गई। अगे देखते दे हाँ 1991 उद्योगिक नीति या उदारीकरण या निजीकरण व्यवस्था के दोष। फस्ट पॉइंट देखते दे हाँ दोष का, क्योंकि तुम्हें तो पता ही आलोचना हर चीज़ की होंगी है। तो जो प्लस पॉइंट और नैगेटिव आ जाते हैं। तो फस्ट पॉइंट देखते दे हाँ बेरोजगारी विच वाधा होया। नंबर दो देखो खपतकारां नूं नुकसान होया। नंबर तीन देखो भारतीय साधना दा कंपनी द्वारा जिहड़ा शोषण होया। नंबर चार देखो आर्थिक साम्राज्यवाद दा प्रसार होया। नंबर पांच देखो आर्थिक स्वतंत्रता सीमित हो गई। नैक्सट देखो अण सिद्धांतक नीति सी। नंबर छे देखो व्यापारिक हानि हुई। नंबर सत्त देखो आर्थिक असमानतावां वधियां। नैक्सट देखो छोटे अते घरेलू उद्योगां नूं धक्का। सिट्टा देख लैंदे हाँ। उपरोक्त सारी विचार चर्चा तो बाद असीं कह सकते हाँ कि सुतंत्रता तो पहलां अते सुतंत्रता तो बाद भारत की आर्थिक व्यवस्था नूं छुआछूत बेरोजगारी अनपढ़ता पूंजीवाद शोषण जातिवाद समाजिक असमानतावां आदि बुराइयां ने जकड़ रख्या सी। जरूरत सी नवी अर्थव्यवस्था नूं लागू करन दी जो कि 1991 विच उद्योगीकरण कह लो उधारीकरण जां निजीकरण दीआं व्यवस्थावां नाल जिहड़ी है उह लागू भी कीती गई। 5-year प्लान 5 साला योजनावां दा एजेंडा भी जिहड़ा है उह अपनाया गया, जिस दा लाभ भी बहुत होया। परंतु जरूरत है अज संसार भर विच भारत दी अर्थव्यवस्था दा लोहा मनवाउण दी। जरूरत है अज
सर्वजनक सैक्टर पब्लिक सैक्टर नूं अगे लिया जाए अते पूंजीवाद नूं खत्म करके प्रत्येक व्यक्ति नूं एक समान जिहड़े मौके नूं प्रदान किए जाण। नैक्सट नाल ही आप जी नूं पुछा गया है एन ओवरव्यू ऑफ फाइव ईयर प्लान, मतलब जिहड़ियां पांच साल योजनावां सी उन्हां बारे जिहड़ी है चर्चा करनी है सी। ਤਾਂ ਕੁਸ਼ਚਨ ਆਪ ਜੀ ਦਾ ਇੱਕ ਫਿਰ ਇੱਥੋਂ ਬਣ ਜਾਂਦਾ ਹੈ ਕਿ ਪੰਜ ਸਾਲਾ ਯੋਜਨਾ ਬਾਰੇ ਜਾਣਕਾਰੀ ਦਿਓ, ਚਰਚਾ ਕਰੋ ਜਾਂ ਪੰਜ ਸਾਲਾ ਯੋਜਨਾ ਨੂੰ ਕਿਉਂ ਅਪਣਾਇਆ ਗਿਆ, ਅਗਰ ਕਿਉਂ ਆਇਆ ਤਾਂ ਆਪਣੇ ਉਦਾਰੀਕਰਨ, ਨਿੱਜੀਕਰਨ ਅਤੇ ਉਦਯੋਗਿਕ ਨੀਤੀ ਜਿਹੜੀ 1991 ਵਿੱਚ ਅਪਣਾਈ ਗਈ ਹੈ ਉਸ ਬਾਰੇ ਦੱਸਣਾ ਹੈ। ਤਾਂ ਦੇਖੋ ਸ਼ੁਰੂ ਕਰਦੇ ਹਾਂ। ਭਾਰਤ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਕਦਮ ਜਿਹੜਾ ਹੈ ਭਾਰਤੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ 1951 ਵਿੱਚ ਪੰਜ ਸਾਲਾ ਯੋਜਨਾਵਾਂ ਦਾ ਜਿਹੜਾ ਟੀਚਾ ਹੈ ਉਹ ਮਿੱਥਿਆ। 1951 ਤੋਂ ਲੈ ਕੇ 2017 ਤੱਕ ਇਹ ਯੋਜਨਾਵਾਂ ਜਿਹੜੀਆਂ ਹਨ ਲਗਾਤਾਰ ਆਪਣਾ ਕਾਰਜਕ੍ਰਮ ਪੂਰਾ ਕਰ ਰਹੀਆਂ ਹਨ। ਇਹਨਾਂ ਯੋਜਨਾਵਾਂ ਦਾ ਮੁੱਖ ਉਦੇਸ਼ ਸੀ ਆਤਮ ਨਿਰਭਰਤਾ ਨੂੰ ਕਾਇਮ ਕਰਨਾ ਜਾਂ ਆਤਮ ਨਿਰਭਰ ਬਣਾਉਣਾ ਪ੍ਰਤੇਕ ਵਿਅਕਤੀ ਨੂੰ, ਹਰੇਕ ਸੈਕਟਰ ਵਿੱਚ ਆਤਮ ਨਿਰਭਰਤਾ ਜਿਹੜੀ ਹੈ ਉਹ ਕਾਇਮ ਕੀਤੀ ਜਾਏ। ਇਹਨਾਂ ਯੋਜਨਾਵਾਂ ਨੂੰ ਬਣਾਉਣ ਜਾਂ ਲਾਗੂ ਕਰਨ ਆਦਿ ਸਭ ਕਾਰਜ ਜਿਹੜਾ ਹੈ ਉਹ ਯੋਜਨਾ ਆਯੋਗ ਦੇ ਹੱਥਾਂ ਵਿੱਚ ਦਿੱਤਾ ਗਿਆ ਸੀ। 2015 ਵਿੱਚ ਜਿਹੜਾ ਹੈ ਯੋਜਨਾ ਆਯੋਗ ਨੂੰ ਜਿਹੜਾ ਹੈ ਉਹ ਨੀਤੀ ਆਯੋਗ ਨਾਮਕ ਜਿਹੜਾ ਹੈ ਉਹ ਥਿੰਕ ਟੈਂਕ ਵਿੱਚ ਜਿਹੜਾ ਹੈ ਉਹ ਪ੍ਰਸਤੁਤ ਕੀਤਾ ਗਿਆ ਸੀ। ਤਾਂ ਪਹਿਲੀ ਪੰਜ ਸਾਲਾ ਯੋਜਨਾ ਦੇਖੋ 1951 ਤੋਂ 1956 ਵਿੱਚ, ਤਾਂ ਦੇਖੋ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਸਰਕਾਰ ਦੁਆਰਾ ਇਸ ਨੂੰ ਲਾਗੂ ਕੀਤਾ ਗਿਆ ਸੀ। ਇਹ HD ਮਾਡਲ 'ਤੇ ਆਧਾਰਿਤ ਸੀ। ਇਸ ਦਾ ਮੁੱਖ ਉਦੇਸ਼ ਖੇਤੀਬਾੜੀ ਸੀ। ਅੱਗੇ ਦੂਜੀ ਦੇਖੋ, ਦੂਸਰੀ ਪੰਜ ਸਾਲਾ ਯੋਜਨਾ ਸੈਕਿੰਡ ਫਾਈਵ ਈਅਰ ਪਲਾਨ 1956 ਤੋਂ 1961 ਈਸਵੀ ਵਿੱਚ ਜਿਹੜਾ ਹੈ ਉਹ ਦਿੱਤਾ। ਇਸ ਯੋਜਨਾ ਦਾ ਜਿਹੜਾ ਮੁੱਖ ਉਦੇਸ਼ ਹੈ ਜੋ 1956 ਤੋਂ 1961 ਈਸਵੀ ਤੱਕ ਆਈ ਸੀ ਉਹ ਸੀ ਨਿਰਮਾਣ, ਵਿਕਾਸ ਕਰਨਾ, ਮੈਨੂਫੈਕਚਰਿੰਗ ਕਰਨਾ, ਡਿਵੈਲਪਮੈਂਟ। ਅਤੇ ਦੇਖੋ ਇਹ ਜਿਹੜਾ APC ਮਾਡਲ 'ਤੇ ਜਿਹੜੀ ਆਧਾਰਿਤ ਜਿਹੜੀ ਯੋਜਨਾ ਸੀ। ਅੱਗੇ ਤੀਸਰਾ ਦੇਖੋ, ਥਰਡ ਫਾਈਵ ਈਅਰ ਪਲਾਨ, ਤਾਂ ਦੇਖੋ ਇਹ ਹਰੀ ਕ੍ਰਾਂਤੀ ਦਾ ਸਮਾਂ ਸੀ ਅਤੇ ਇਸੇ ਸਮੇਂ ਸੀ ਭਾਰਤ ਚੀਨ ਦਾ ਯੁੱਧ ਹੋਇਆ ਸੀ। ਇਸੇ ਸਮੇਂ ਹੀ ਭਾਰਤ ਪਾਕਿਸਤਾਨ ਆਪਸ ਵਿੱਚ ਜਿਹੜੇ ਹੈ ਉਹ ਲੜਾਈਆਂ ਛੋਟੀਆਂ ਮੋਟੀਆਂ ਜਾਂ ਯੁੱਧ ਜਿਹੜਾ ਹੈ 1965 ਦਾ ਹੋਇਆ ਸੀ। ਇਸੀ ਨੂੰ ਹੀ ਗੈਡਗਿਲ ਯੋਜਨਾ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਸੀ। ਅਤੇ ਇਸ ਯੋਜਨਾ ਦਾ ਜਿਹੜਾ ਮੁੱਖ ਉਦੇਸ਼ ਸੀ ਉਹ ਸੀ ਭਾਰਤ ਨੂੰ ਆਤਮ ਨਿਰਭਰ ਬਣਾਉਣਾ। ਇਸ ਤੋਂ ਬਾਅਦ ਦਾ ਜਿਹੜਾ ਫੋਰ ਪਲਾਨ ਜਿਹੜਾ ਜਾਂ ਕਹਿ ਸਕਦੇ ਹੋ ਕਿ ਚੌਥੀ ਜਿਹੜੀ ਯੋਜਨਾ ਆਈ ਸੀ ਜੋ ਕਿ 1960 ਤੋਂ 1966 ਤੋਂ 1969 ਦੇ ਸਮੇਂ ਤੱਕ ਆਈ ਸੀ। ਅਤੇ ਇਸ ਨੂੰ ਦੇਖੋ ਫੋਰ ਈਅਰ ਪਲੈਨਿੰਗ ਕਿਹਾ ਗਿਆ ਸੀ ਵਿੱਚ, ਕਿਉਂਕਿ ਆਪ ਜੀ ਨੂੰ ਪਹਿਲੇ ਦੱਸਿਆ ਗਿਆ ਹੈ ਕਿ ਭਾਰਤ ਚੀਨ ਯੁੱਧ ਹੋਇਆ ਅਤੇ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀਆਂ ਆਪਸੀ ਯੁੱਧ ਜਿਹੜੇ ਹਨ ਸ਼ੁਰੂ ਹੋ ਗਏ ਸਨ। ਇਸ ਕਰਕੇ ਜਿਹੜਾ ਹੈ ਭਾਰਤ ਦੀ ਅਰਥ ਵਿਵਸਥਾ ਨੂੰ ਇੱਕ ਵਾਰ ਫਿਰ ਤੋਂ ਧੱਕਾ ਲੱਗਾ ਸੀ। ਇਸ ਕਰਕੇ ਇਸ ਸਮੇਂ ਇਹ ਦੇਖਿਆ ਜਾਣ ਲੱਗਾ ਕਿ ਜਿਹੜੀਆਂ 3 ਸਾਲਾ ਯੋਜਨਾਵਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਹਨ ਉਹਨਾਂ ਦਾ ਕੀ ਰਿਜ਼ਲਟ ਹੈ ਉਹਨਾਂ ਨੂੰ ਪਹਿਲੇ ਦੇਖਿਆ ਜਾਏ। ਇਸ ਕਰਕੇ ਇਸ ਪੀਰੀਅਡ ਨੂੰ ਜਿਹੜਾ ਹੈ ਉਹ 66 ਤੋਂ 69 ਵਾਲੇ ਪੀਰੀਅਡ ਨੂੰ ਕਿਸ ਚੀਜ਼ ਦਾ ਨਾਮ ਦਿੱਤਾ ਗਿਆ, ਹੋਲੀਡੇ ਪਲਾਨ ਦਾ ਜਿਹੜਾ ਉਹ ਨਾਮ ਦਿੱਤਾ ਗਿਆ। ਤਾਂ ਦੇਖੋ ਇਹ ਹੋਲੀਡੇ ਦਾ ਮਤਲਬ ਕੀ ਹੁੰਦਾ ਹੈ ਕਿ ਛੁੱਟੀਆਂ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਇਗਜ਼ਾਮ ਮੰਨ ਲਓ ਹੁੰਦੇ ਹਨ ਜਾਂ ਇਹ ਟਾਈਮ ਪੀਰੀਅਡ ਜਿਹੜਾ ਚੱਲ ਰਿਹਾ ਸੀ ਉਹ ਭਾਰਤ ਲਈ ਇੱਕ ਪੇਪਰ ਦਾ ਹੀ ਸਮਾਂ ਸੀ, ਇਗਜ਼ਾਮ ਦਾ ਹੀ ਟਾਈਮ ਸੀ ਜਦੋਂ ਦੇਖਿਆ ਗਿਆ ਕਿ ਭਾਰਤ ਨੇ ਕੀ ਤਰੱਕੀ ਕੀਤੀ ਹੈ, ਭਾਰਤ ਦੀ ਅਰਥ ਵਿਵਸਥਾ ਨੇ ਕੀ ਤਰੱਕੀ ਕੀਤੀ ਹੈ, ਜਿਹੜੀਆਂ 5 ਸਾਲਾਂ ਯੋਜਨਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਹਨ। ਤਾਂ 3 ਯੋਜਨਾਵਾਂ ਤੋਂ ਬਾਅਦ ਜਿਹੜਾ ਹੈ ਉਹ ਬ੍ਰੇਕ ਦਿੱਤਾ ਗਿਆ, ਜਿਸ ਟਾਈਮ ਪੀਰੀਅਡ ਨੂੰ ਹੋਲੀਡੇ ਪਲਾਨ ਦਾ ਜਿਹੜਾ ਨਾਮ ਦਿੱਤਾ ਗਿਆ ਸੀ, ਜਿਸ ਵਿੱਚ ਇਹ ਦੇਖਿਆ ਗਿਆ ਕਿ ਜੋ ਪਲਾਨ ਜਾਂ ਯੋਜਨਾਵਾਂ ਪਹਿਲਾਂ ਲਾਗੂ ਕੀਤੀਆਂ ਗਈਆਂ ਸਨ ਉਹਨਾਂ ਵਿੱਚ ਕਿੰਨੀ ਤਰੱਕੀ ਹੋਈ, ਕਿਉਂਕਿ ਚੀਨ ਭਾਰਤ ਯੁੱਧ ਅਤੇ ਪਾਕ ਨਾਲ ਵੀ ਭਾਰਤ ਦੀ ਜਿਹੜੀ ਹੈ ਉਹ ਸਥਿਤੀ ਚੰਗੀ ਨਹੀਂ ਸੀ। ਇਸ ਲਈ ਤੀਸਰੀ ਯੋਜਨਾ ਸੀ ਜਿਹੜੀ ਉਹ ਸਫਲ ਹੀ ਰਹੀ ਸੀ ਅਤੇ ਇਸ ਕਰਕੇ ਇਹ ਹੋਲੀਡੇ ਪਲਾਨ ਜਿਹੜਾ ਉਹ ਲਾਗੂ ਕੀਤਾ ਗਿਆ ਸੀ। ਤਾਂ ਅੱਗੇ ਦੇਖਦੇ ਹਾਂ ਫੋਰਥ
ਜਾਂ ਚੌਥੀ 5 ਸਾਲਾ ਯੋਜਨਾ ਜਿਹੜੀ ਹੈ 1969 ਤੋਂ 1974 ਦੇ ਸਮੇਂ ਵਿੱਚ ਆਈ ਸੀ, ਤਾਂ ਇਸਦਾ ਜਿਹੜਾ ਮੁੱਖ ਉਦੇਸ਼ ਸੀ ਉਹ ਸੀ ਸਟੇਬਿਲਿਟੀ, ਮਤਲਬ ਕਿ ਸਥਿਰਤਾ ਲਿਆਉਣਾ। ਸਥਿਰਤਾ ਦਾ ਇੱਥੇ ਮਤਲਬ ਸੀ ਕਿ ਜੋ ਵੀ ਕੀਤਾ ਗਿਆ ਹੈ 3 ਸਾਲਾਂ ਯੋਜਨਾਵਾਂ ਦੇ ਵਿੱਚ, ਅਤੇ ਉਹਨਾਂ ਵਿੱਚ ਸਥਿਰਤਾ ਬਣੀ ਰਹੇ, ਮਤਲਬ ਉਸ ਵਿੱਚ ਕੋਈ ਜਿਹੜੀ ਹੈ ਉਥਲ ਪੁਥਲ ਜਿਹੜੀ ਹੈ ਉਹ ਨਾ ਹੋਏ। ਅਤੇ ਦੂਸਰਾ ਉਦੇਸ਼ ਸੀ ਪ੍ਰੋਗਰੈਸਿਵ ਅਚੀਵਮੈਂਟ ਆਫ ਸੈਲਫ, ਮਤਲਬ ਜਿਹੜੀ ਪ੍ਰੋਗਰੈਸ ਕੀਤੀ ਹੈ, ਜਿਹੜੀ ਅਚੀਵਮੈਂਟ ਪ੍ਰਾਪਤ ਕੀਤੀ ਹੈ 3 ਸਾਲਾਂ ਯੋਜਨਾਵਾਂ ਦੇ ਵਿੱਚ, ਉੱਪਰਲੀਆਂ 3 ਸਾਲਾਂ ਯੋਜਨਾਵਾਂ ਜਿਹੜੀਆਂ ਗਈਆਂ, ਜਿਸ ਤੋਂ ਬਾਅਦ ਹੋਲੀਡੇ ਪਲਾਨ ਆਇਆ ਸੀ, ਉਸ ਦੀ ਸਥਿਰਤਾ ਨੂੰ ਜਿਹੜਾ ਹੈ ਉਹ ਬਣਾਇਆ ਜਾ ਸਕੇ। ਕਿ ਇਹ ਸੋਚਿਆ ਗਿਆ ਕਿ ਜੋ ਹੋਇਆ ਸੋ ਹੋਇਆ, ਅੱਗੇ ਤੋਂ ਬਾਅਦ ਇਹਨਾਂ ਦੇ ਬਾਰੇ ਵਿੱਚ ਜਿਹੜਾ ਹੈ ਉਹ ਪਿੱਛੇ ਵੱਲ ਨੂੰ ਨਾ ਦੇਖਿਆ ਜਾਏ, ਅਗਾਂਹ ਨੂੰ ਵਧਿਆ ਜਾਏ। ਇਸ ਕਰਕੇ ਇਸ ਨੂੰ ਜਿਹੜਾ ਉਦੇਸ਼ ਜਿਹੜਾ ਸੀ ਉਹ ਸਟੇਬਿਲਿਟੀ, ਸਥਿਰਤਾ ਦੇਣਾ ਸੀ, ਜਾਂ ਜਿਹੜੀਆਂ ਅਚੀਵਮੈਂਟਸ ਹੋਈਆਂ ਸੀ ਉਹਨਾਂ ਵੱਲ ਧਿਆਨ ਦੇ ਕੇ ਅੱਗੇ ਵਧਣਾ ਸੀ, ਜਾਂ ਨਾ ਕਿ ਪਿੱਛੇ ਵੱਲ ਨੂੰ ਦੇਖਣਾ ਸੀ। ਕਹਿਣ ਦਾ ਭਾਵ ਹੈ ਕਿ ਜੋ ਵੀ ਪਿਛਲੇ ਸਾਲਾਂ ਵਿੱਚ ਪ੍ਰਾਪਤ ਕੀਤਾ ਹੈ ਉਹ ਸਥਾਈ ਰਹੇ, ਅਤੇ ਦੂਜਾ ਇਸ ਸਮੇਂ ਜਿਹੜਾ ਹੈ ਉਹ ਪਿੱਛੇ ਵੱਲ ਨੂੰ ਨਾ ਦੇਖਿਆ ਜਾ ਸਕੇ ਅਤੇ ਅੱਗੇ ਵੱਲ ਨੂੰ ਪ੍ਰੋਗਰੈਸ ਕੀਤੀ ਜਾ ਸਕੇ, ਮਤਲਬ ਕਿ ਆਰਥਿਕ ਵਿਵਸਥਾ ਨੂੰ ਦੇਖਦੇ ਹੋਏ ਅਗਾਂਹ ਵਾਧੂ ਜਿਹੜਾ ਉਹ ਅਗਾਂਹ ਵਾਧੂ ਨੀਤੀਆਂ ਨੂੰ ਅਪਣਾਇਆ ਜਾ ਸਕੇ। ਅਤੇ ਇਸ ਸਮੇਂ ਇੰਦਰਾ ਗਾਂਧੀ ਜੀ ਦੀ ਸਰਕਾਰ ਸੀ, ਯਾਦ ਰੱਖਣਾ, ਧਿਆਨ ਵਿੱਚ ਰੱਖਣਾ ਸੀ। ਨੈਕਸਟ ਦੇਖਦੇ ਹਾਂ 5 ਸਾਲਾ ਯੋਜਨਾ, 5th 5-year plan। ਤਾਂ ਦੇਖੋ ਇਸ ਸਮੇਂ ਇੰਦਰਾ ਗਾਂਧੀ ਜੀ ਦੀ ਸਰਕਾਰ ਡਿੱਗ ਗਈ ਸੀ, ਅਤੇ ਹੁਣ ਜਿਹੜੀ ਨਵੀਂ ਸਰਕਾਰ ਆਈ ਸੀ ਉਹ ਮੋਰਾਰਜੀ ਦੇਸਾਈ ਜੀ ਦੀ ਸਰਕਾਰ। ਤਾਂ ਦੇਖੋ 5ਵੀਂ ਜਿਹੜੀ 5 ਸਾਲਾ ਯੋਜਨਾ ਸੀ ਉਸਦਾ ਉਦੇਸ਼ ਕੀ ਸੀ, ਖੇਤੀਬਾੜੀ ਐਗਰੀਕਲਚਰ, ਅਤੇ ਦੂਸਰਾ ਸੀ ਉਦਯੋਗ ਨਿਰਮਾਣ, ਉਦਯੋਗ ਇੰਡਸਟਰੀ ਨੂੰ ਅੱਗੇ ਵਧਾਉਣਾ, ਅਤੇ ਮਾਈਨਸ ਮਤਲਬ ਜਿਹੜੀਆਂ ਖਾਨਾਂ ਹਨ ਉੱਥੋਂ ਵੱਧ ਤੋਂ ਵੱਧ ਜਿਹੜਾ ਉਦਯੋਗ ਜਿਹੜਾ ਉਹ ਪ੍ਰਾਪਤ ਕਰਨਾ। ਤਾਂ ਦੇਖੋ ਇਸ ਤੋਂ ਬਾਅਦ ਹਾਲਾਤ ਦੇਸ਼ ਵਿੱਚ ਜ਼ਿਆਦਾਤਰ ਚੰਗੇ ਨਹੀਂ ਰਹੇ। ਦੇਸ਼ਾਂ ਵਿੱਚ ਜਿਹੜੇ ਹਨ ਉਹ ਐਮਰਜੈਂਸੀ, ਭਾਰਤ ਦੇਸ਼ ਵਿੱਚ ਐਮਰਜੈਂਸੀ ਜਿਹੜੀ ਹੈ ਲਾਗੂ ਕਰ ਦਿੱਤੀ ਗਈ ਸੀ। ਉਸ ਸਮੇਂ ਮੋਰਾਰਜੀ ਦੇਸਾਈ ਜੀ ਦੀ ਜਿਹੜੀ ਸਰਕਾਰ ਚੱਲ ਰਹੀ ਸੀ, ਇਸ ਕਰਕੇ 1978 ਤੋਂ 1979 ਦੇ ਵਿੱਚ 1 ਸਾਲਾਨਾ ਜਿਹੜਾ ਉਹ ਯੋਜਨਾ ਜਿਹੜੀ ਆਈ ਸੀ, ਜਿਸ ਨੂੰ ਰੋਲਿੰਗ ਪਲੈਨਿੰਗ ਦੇ ਨਾਲ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ। ਮਤਲਬ ਕਿ ਇੱਕ ਵਾਰ ਫਿਰ ਤੋਂ ਜਿਸ ਤਰ੍ਹਾਂ ਹੋਲੀਡੇ ਪਲਾਨ ਆਇਆ ਸੀ ਉਹ 5 ਸਾਲਾਂ ਦਾ ਆਇਆ ਸੀ, ਪਰੰਤੂ ਇੱਕ ਵਾਰ ਫਿਰ ਤੋਂ 1 ਸਾਲਾ ਪਲਾਨ ਜਿਹੜਾ ਉਹ ਵਿੱਚ ਪਾਇਆ ਗਿਆ, ਜਿਸ ਨੂੰ ਕੀ ਕਿਹਾ ਗਿਆ ਰੋਲਿੰਗ ਪਲਾਨ ਦਾ ਜਿਹੜਾ ਨਾਮ ਦਿੱਤਾ ਗਿਆ, ਤਾਂ ਕਿ ਥੋੜ੍ਹਾ ਠਹਿਰਾਵ ਜਿਹੜਾ ਉਹ ਦਿੱਤਾ ਜਾ ਸਕੇ। ਪਰੰਤੂ ਆਪ ਜੀ ਦੇ ਸਿਲੇਬਸ ਵਿੱਚ ਸਿਰਫ 5 ਸਾਲਾ ਯੋਜਨਾ ਬਾਰੇ ਹੀ ਪੁੱਛਿਆ ਗਿਆ ਹੈ, ਐਂਡ ਓਵਰਵਿਊ ਆਫ 5-year plan। ਇਸ ਕਰਕੇ 5 ਸਾਲਾ ਯੋਜਨਾ ਦਾ ਹੀ ਇੱਥੇ ਡਿਸਕਸ ਕਰਾਂਗੇ ਆਪ ਜੀ ਨਾਲ। ਇਸ ਤੋਂ ਇਲਾਵਾ 2017 ਤੱਕ, 2012 ਤੋਂ ਲੈ ਕੇ 17 ਤੱਕ ਦੀਆਂ ਜਿਹੜੀਆਂ ਯੋਜਨਾਵਾਂ ਹਨ ਉਹ ਮੁੱਖ 12 ਯੋਜਨਾਵਾਂ ਇਸ ਸਮੇਂ ਤੱਕ ਆ ਚੁੱਕੀਆਂ ਹਨ, ਜਦਕਿ ਇਹ ਜਿਹੜੀ ਲਾਸਟ ਯੋਜਨਾ ਦੀ ਗੱਲ ਕੀਤੀ ਗਈ ਹੈ ਉਹ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀਗੇ ਮਨਮੋਹਨ ਸਿੰਘ ਜੀ, ਉਹਨਾਂ ਦੀ ਸਰਕਾਰ ਸਮੇਂ ਆਈ ਸੀ। ਤਾਂ ਦੇਖੋ ਇਹ ਸੀਗੀਆਂ 5 ਸਾਲਾ ਯੋਜਨਾਵਾਂ ਜੋ ਆਪ ਜੀ ਨਾਲ ਜਿਹੜੀਆਂ ਹੁਣ ਡਿਸਕਸ ਕੀਤੀਆਂ ਹਨ। ਸਿੱਟਾ ਦੇਖ ਲੈਂਦੇ ਹਾਂ। ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਆਰਥਿਕ ਵਿਵਸਥਾ ਨੂੰ ਵਿਕਾਸ ਦੀਆਂ ਦਰਾਂ ਅਤੇ ਸੰਸਾਰ ਭਰ ਦੀ ਅਰਥ ਵਿਵਸਥਾ ਨਾਲ ਇੱਕਮਿੱਕ ਕਰਨ ਲਈ ਸਮੇਂ ਸਮੇਂ 'ਤੇ 5 ਸਾਲਾ ਯੋਜਨਾਵਾਂ ਦਾ ਜਿਹੜਾ ਗਠਨ ਕੀਤਾ ਗਿਆ, ਇਹਨਾਂ ਦਾ ਗਠਨ ਹੇਠ ਲਿਖੇ ਮੁੱਖ ਵਿਚਾਰਾਂ ਦੇ ਆਧਾਰ 'ਤੇ ਕੀਤਾ ਗਿਆ। ਦੇਖੋ ਕਿਹੜੇ ਸਾਨੂੰ ਆਧਾਰ, ਇਹ ਜਿਹੜੀ ਸੀ ਇੱਕ ਅਸੰਵਿਧਾਨਿਕ ਜਿਹੜੀ ਸੰਸਥਾ ਸੀ। ਵਰਤਮਾਨ ਸਮੇਂ ਵਿੱਚ ਜਿਹੜਾ ਇਸ ਨੂੰ ਨੀਤੀ ਆਯੋਗ ਦੇ ਹੱਥਾਂ ਵਿੱਚ ਜਿਹੜਾ ਸੌਂਪਿਆ ਗਿਆ, ਅਤੇ ਨੀਤੀ ਆਯੋਗ ਦਾ ਜਿਹੜਾ ਗਠਨ ਹੈ ਉਹ 1 ਜਨਵਰੀ 2015 ਨੂੰ ਜਿਹੜਾ ਉਹ ਕੀਤਾ ਗਿਆ। ਇਸ ਤੋਂ ਪਹਿਲਾਂ ਜਿਹੜਾ ਉਹ ਯੋਜਨਾ ਆਯੋਗ ਸੀ, ਯੋਜਨਾ ਆਯੋਗ ਨੂੰ ਹੀ ਨੀਤੀ ਆਯੋਗ ਦੇ ਵਿੱਚ ਜਿਹੜਾ ਉਹ ਡਾਈਵਰਟ ਕੀਤਾ ਗਿਆ। ਇਸ ਦਾ ਜਿਹੜਾ ਆਯੋਗ ਦਾ ਜਿਹੜਾ ਪਹਿਲੀ ਵਾਰ ਗਠਨ ਹੈ ਉਹ 15 ਮਾਰਚ 1950 ਨੂੰ ਹੋਇਆ ਸੀ। ਅਤੇ ਇਸ ਤੋਂ ਇਲਾਵਾ ਇਸ ਨੂੰ ਜਿਹੜੀ ਅਪਰੂਵਲ ਹੈ ਉਹ NDC ਦੁਆਰਾ ਜਿਹੜੀ ਆ ਉਹ ਦਿੱਤੀ ਜਾਂਦੀ ਹੈ 5 ਸਾਲਾ ਯੋਜਨਾਵਾਂ ਨੂੰ। ਤਾਂ ਦੇਖੋ ਇਸ ਤੋਂ ਅੱਗੇ ਆਪ ਜੀ ਨਾਲ ਜਿਹੜੇ 5 ਸਾਲਾ ਯੋਜਨਾਵਾਂ ਦੇ ਜਿਹੜੇ ਈਅਰ ਹਨ ਉਹ ਸ਼ੇਅਰ ਕੀਤੇ, ਸਾਂਝੇ ਕੀਤੇ ਹਨ, ਉਹ ਆਪ ਜੀ ਦੇਖ ਲੈਣਾ। ਤਾਂ ਦੇਖੋ ਦੋਸਤੋ ਇਹ ਸੀ ਆਪ ਜੀ ਦਾ ਕੁਸ਼ਚਨ, ਜਿਸ ਆਪ ਜੀ ਨੂੰ 2-3 ਤਰੀਕਿਆਂ ਨਾਲ ਜਿਹੜਾ ਪੁੱਛਿਆ ਜਾ ਸਕਦਾ ਹੈ। ਉਦਾਰੀਕਰਨ, ਨਿੱਜੀਕਰਨ, ਉਦਯੋਗੀਕਰਨ ਨੀਤੀ 1991, ਅਤੇ ਇਸ ਤੋਂ ਇਲਾਵਾ ਆਪ ਜੀ ਨਾਲ 5 ਸਾਲਾਂ ਯੋਜਨਾਵਾਂ 'ਤੇ ਵੀ ਆਪ ਜੀ ਨਾਲ ਆਪ ਜੀ ਨੂੰ ਜਿਹੜਾ ਪ੍ਰਸ਼ਨ ਉਹ ਪੁੱਛਿਆ ਜਾ ਸਕਦਾ ਹੈ ਕਿ ਇਕੱਲਾ ਹੀ ਪ੍ਰਸ਼ਨ ਦਿਓ ਕਿ 5 ਸਾਲਾਂ ਯੋਜਨਾਵਾਂ ਬਾਰੇ ਆਪ ਕੀ ਜਾਣਦੇ ਹੋ।
ਜਾਂ 1991 ਦੀ ਜਿਹੜੀ ਉਦਯੋਗਿਕ ਨੀਤੀ ਆਈ ਸੀ ਉਸ ਬਾਰੇ ਚਰਚਾ ਕਰੋ, ਜਾਂ ਉਦਾਰੀਕਰਨ, ਨਿੱਜੀਕਰਨ। ਤਾਂ ਕੁਐਸਚਨ ਆਪ ਜੀ ਨੇ ਇਸੇ ਤਰ੍ਹਾਂ ਜੋ ਆਪ ਜੀ ਦੇ ਸਿਲੇਬਸ ਵਿੱਚ ਦਿੱਤਾ ਗਿਆ ਹੈ ਉਸੇ ਤਰ੍ਹਾਂ ਹੀ ਆਪ ਜੀ ਨਾਲ ਸਾਂਝਾ ਕੀਤਾ ਗਿਆ ਹੈ। ਆਪ ਜੀ ਦੀ ਡਿਮਾਂਡ ਆਈ ਸੀ ਕਿ ਇਸ ਕੁਐਸਚਨ ਨੂੰ ਆਪ ਜੀ ਨਾਲ ਸਾਂਝਾ ਕੀਤਾ ਜਾਏ। ਤਾਂ ਦੇਖੋ ਆਪ ਜੀ ਨੂੰ ਇੱਕ ਗੱਲ ਇੱਥੇ ਆਪ ਜੀ ਨੂੰ ਧਿਆਨ ਵਿੱਚ ਰੱਖਣੀ ਪਵੇਗੀ ਕਿ ਜਿੱਦਾਂ ਹੀ ਆਪ ਜੀ ਦਾ ਸੈਮ ਸਟਾਰਟ ਹੁੰਦਾ ਹੈ ਜਾਂ ਆਪ ਜੀ ਦੇ ਪੇਪਰ ਜਿਹੜੇ ਹਨ ਉਸ ਤੋਂ ਪਹਿਲੇ ਖਤਮ ਹੁੰਦੇ ਹਨ ਅਤੇ ਨੈਕਸਟ ਸੈਮ ਆਪ ਨੇ ਸ਼ੁਰੂ ਕਰਨਾ ਹੈ, ਤਾਂ ਜਿਹੜੇ ਬੱਚੇ ਪਿਛਲੇ ਸਾਲਾਂ ਤੋਂ ਜੁੜੇ ਹੋਏ ਹਨ ਜਾਂ ਅੱਗੇ ਜੁੜੇ ਹਨ, ਦੋ ਸੈਮ ਤਾਂ ਆਪ ਜੀ ਦੇ ਚੱਲਦੇ ਹੀ ਹਨ ਇੱਕ ਸਾਲ ਵਿੱਚ, ਤਾਂ ਆਪ ਜੀ ਕੋਸ਼ਿਸ਼ ਕਰਿਆ ਕਰੋ ਕਿ ਸਿਲੇਬਸ ਨੂੰ ਇੱਕ ਵਾਰ ਇਗਜ਼ਾਮ ਹੋਣ ਤੋਂ ਖਤਮ ਹੋਣ ਫੋਰਮ ਫਿਲ ਹੋਣ ਤੋਂ ਬਾਅਦ ਆਪ ਜੀ ਦਾ ਸਿਲੇਬਸ ਆਪ ਜੀ ਦੇ ਹੱਥਾਂ ਵਿੱਚ ਆ ਹੀ ਜਾਂਦਾ ਹੈ। ਤਾਂ ਇੱਕ ਵਾਰ ਪੂਰਾ ਦੇਖ ਲਿਆ ਕਰੋ ਕਿ ਆਪ ਜੀ ਨੂੰ ਕਿਹੜੇ ਕੁਐਸਚਨ ਆਪ ਜੀ ਦੇ ਬੁੱਕ ਵਿੱਚ ਨਹੀਂ ਹਨ, ਕਿਹੜੇ ਆਪ ਜੀ ਨੇ ਸਮਝਣੇ ਹਨ, ਤਾਂ ਕਿ ਉਸ ਸਮੇਂ ਹੀ ਆਪ ਜੀ ਜਿਹੜੇ ਹਨ ਉਹ ਪੜ੍ਹਾਈ ਨੂੰ ਕਰਨਾ ਸ਼ੁਰੂ ਕਰ ਦਿਆ ਕਰੋ, ਤਾਂ ਕਿ ਲਾਸਟ 'ਤੇ ਆਪ ਜੀ 'ਤੇ ਵੀ ਬਰਡਨ ਨਾ ਪਵੇ ਅਤੇ ਸਾਨੂੰ ਵੀ ਜਿਹੜਾ ਹੈ ਉਹ ਆਪ ਜੀ ਨਾਲ ਵੀਡੀਓ ਸਾਂਝੀ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਏ, ਕਿਉਂਕਿ ਸਾਰਿਆਂ ਦੀ ਡਿਮਾਂਡ ਪੂਰੀ ਕਰਨੀ ਔਖੀ ਹੁੰਦੀ ਹੈ ਇਸ ਸਮੇਂ ਵਿੱਚ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪ ਜੀ ਨਾਲ ਜੋ ਵੀ ਹੈ ਸਾਂਝਾ ਕੀਤਾ ਜਾਏ ਵੀਡੀਓ ਦੇ ਥਰੂ ਆਪ ਜੀ ਦੇ ਕੁਐਸਚਨ, ਤਾਂ ਕਿ ਆਪ ਜੀ ਦੀ ਡਿਮਾਂਡ ਜਿਹੜੀ ਹੈ ਉਹ ਪੂਰੀ ਹੋ ਸਕੇ। ਕੋਸ਼ਿਸ਼ ਆਪ ਜੀ ਨੂੰ ਛੋਟੇ ਜਾਂ ਘੱਟ ਤਰੀਕੇ ਵਿੱਚ ਜਿਹੜਾ ਉਹ ਸਮਝਾਉਣਾ ਵੀ ਸਾਨੂੰ ਠੀਕ ਨਹੀਂ ਲੱਗਦਾ, ਕਿਉਂਕਿ ਆਪ ਜੀ ਦਾ ਕੁਐਸਚਨ ਹੀ ਯੂਨੀਵਰਸਿਟੀ ਕੋਲੋਂ ਇਸ ਤਰੀਕੇ ਨਾਲ ਪੁੱਛਿਆ ਜਾਂਦਾ ਹੈ, ਅਤੇ ਬਾਕੀ ਬੱਚੇ ਦੀਆਂ ਡਿਮਾਂਡਾਂ ਉਹ ਇਸ ਤਰ੍ਹਾਂ ਹੀ ਰਹਿ ਜਾਂਦੀਆਂ ਹਨ। ਆਪ ਜੀ ਨੂੰ ਫਿਰ ਵੀ ਕੋਈ ਕੁਐਸਚਨ ਇਸ ਵਿੱਚ ਕੁਛ ਕੋਈ ਪੁਆਇੰਟ ਜਾਂ ਹੋਰ ਕੋਈ ਕੁਐਸਚਨ ਆਪ ਜੀ ਨੂੰ ਸਮਝਣਾ ਹੋਏ ਤਾਂ ਫੋਨ ਕਾਲ ਦੁਆਰਾ ਜਾਂ ਕਮੈਂਟ ਵਿੱਚ ਲਿਖ ਸਕਦੇ ਹੋ, ਤਾਂ ਆਪ ਜੀ ਨੂੰ ਸਮਝਾ ਦਿੱਤਾ ਜਾਏਗਾ, ਕੋਸ਼ਿਸ਼ ਪੂਰੀ ਕੀਤੀ ਜਾਏਗੀ। ਪਰ ਪਲੀਜ਼ ਆਪ ਪਹਿਲੇ ਹੀ ਜਿਹੜਾ ਹੈ ਉਹ ਸ਼ੁਰੂ ਕਰ ਦਿਆ ਕਰੋ ਡਿਮਾਂਡ ਆਪਣੀ ਦੱਸਣਾ ਇਗਜ਼ਾਮ ਤੋਂ ਕੁਛ ਮਹੀਨੇ ਪਹਿਲੇ, ਤਾਂ ਕਿ ਆਪ ਜੀ ਦੇ ਹਰ ਬੱਚੇ ਜਿਹੜੀ ਹੈ ਉਹ ਡਿਮਾਂਡ ਨੂੰ ਪੂਰਾ ਕੀਤਾ ਜਾਏ। ਇਸ ਤੋਂ ਇਲਾਵਾ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਆਪ ਜੀ ਦਾ UGC ਨੈੱਟ ਨਿਕਲਿਆ ਹੋਇਆ ਹੈ ਪੇਪਰ ਆਪ ਜੀ ਦਾ ਪੋਲੀਟੀਕਲ ਨਾਲ ਸੰਬੰਧਿਤ। ਆਪ ਜੀ ਅਗਰ UGC ਨੈੱਟ ਭਰਦੇ ਹੋ ਜਾਂ ਭਰਨਾ ਚਾਹੁੰਦੇ ਹੋ ਤਾਂ ਆਪ ਜੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬੋਕਸ ਵਿੱਚ ਕਾਲ ਕਰਕੇ ਵੀ ਦੱਸ ਸਕਦੇ ਹੋ, ਨਾਲ ਹੀ ਆਪ ਜੀ ਨੂੰ ਜਿਹੜੀ ਤਿਆਰੀ ਉਹ ਕਰਵਾ ਦਿੱਤੀ ਜਾਏਗੀ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਝਾ ਕਰਨਾ, ਆਪ ਜੀ ਦਾ ਪੇਪਰ ਆਉਣ ਵਾਲਾ ਹੈ ਤਾਂ ਕਿ ਸਾਰੇ ਬੱਚੇ ਜਿਹੜੇ ਇਸ ਪ੍ਰਸ਼ਨ ਨੂੰ ਦੇਖ ਸਕਣ। ਵੀਡੀਓ ਵਾਚ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।